ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਰਮਾਨ ਡੱਫਰ ਸੋ ਤੁਸੀਂ ਜੁੜ ਚੁੱਕੇ ਆਪਣੇ ਬਲੌਗ ਦੇ ਜ਼ਰੀਏ ਅੱਜ ਪਹੁੰਚੇ ਹੋਏ ਹਾਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਰੂਪੋਵਾਲ ਪਿੰਡ ਦੇ ਵਿੱਚ ਇਧਰਲੇ ਪਾਸੇ ਵੱਡਾ ਭਾਈ ਆ ਗਿਆ ਮਹਿੰਗੇ ਮੁੱਲਦਮ ਪੈਰ ਗਵਿੰਦਾ ਬਜਵਾੜਾ ਭਾਜੀ ਕੀ ਹਾਲ ਚਾਲ ਨਹੀਂ ਬਸ ਤੁਸੀਂ ਜਗੋ ਢਿੱਡ ਨਾ ਦੁਖੇ ਮੇਰਾ ਨਹੀਂ ਨਹੀਂ ਹੋਰ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੇ ਕਿੱਦਾਂ ਦਾ ਲੱਗ ਰਿਹਾ ਅੰਪਾਇਰਿੰਗ ਕਰਕੇ ਬਹੁਤ ਵਧੀਆ ਪ੍ਰੋਫੈਸ਼ਨਲ ਅੰਪਾਇਰ ਤੇ ਹੁਣ ਮੌਸਮ ਥੋੜਾ ਠੀਕ ਹੋ ਗਿਆ ਨਾ ਮੌਸਮ ਠੀਕ ਹੋ ਗਿਆ ਤਾਂ ਕਰਕੇ ਥੋੜਾ ਬਚਾ ਆਇਆ ਪਰਦਾ ਮੇਰਾ ਪ੍ਰੋਬਲਮ ਨੇ ਐ ਮੜਾ ਜਿਹਾ ਖਿਚਾ ਦੇ ਸੈੱਟ ਹੋ ਜਾਣਾ ਹਾਂ ਗਵਿੰਦੇ ਭਾਜੀ ਕਰਵਾਉਣਾ ਪਰਦਾ ਸਹੀ ਕਰਾਓ ਠੀਕ ਆ ਸਾਹਮਣੇ ਇਹਨੂੰ ਇਦਾਂ ਖਿੱਚਾਂ ਪਾਓ ਥੋੜਾ ਵਧੀਆ ਹੋ ਜਾਊਗਾ ਬੈਟਸਮੈਨ ਨੂੰ ਹੱਥ ਨਹੀਂ ਪਤਾ ਲੱਗਦਾ ਦੀਪੂ ਕਹਿੰਦਾ ਸ਼ਾਈਨ ਦਾ ਨਹੀਂ ਪਤਾ ਲੱਗਦਾ ਸ਼ਾਈਨੀ ਸਾਈਡ ਅੰਦਰ ਆ ਜਾਂ ਬਾਹਰ ਹਾਂ ਦੀਪੂ ਮਾਸਟਰ ਨੇ ਥੋੜਾ ਜ਼ਿਆਦਾ ਹੋਣਾ ਹਨਾ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਡੀ ਖੇਡ ਕਾਸਕੋ ਦਾ ਮਹਾਨ ਖਿਡਾਰੀ ਦੀਪੂ ਮਾਸਟਰ ਜੀ ਭਾਜੀ ਕੀ ਹਾਲ ਚਾਲ ਹਾਂ ਖਾਲਾ ਵਧੀਆ ਜੀ ਵਧੀਆ ਡਾਈਟ ਰੱਖਣੀ ਪੈਂਦੀ ਕੋਲ ਹੋਰ 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 ਭਾਜੀ ਕੀ ਹਾਲ ਚਾਲ ਵਧੀਆ ਕਿਦਾਂ ਦਾ ਲੱਗ ਰਿਹਾ ਹੁਣ ਮੈਚ ਜਿੱਤ ਕੇ ਬਹੁਤ ਵਧੀਆ ਬੜੇ ਟਾਈਮ ਬਾਅਦ ਜਿੱਤੇ ਹਾਂ ਹਾਂ ਨਹੀਂ ਕੱਲ ਵੀ ਜਿੱਤੇ ਇੱਕ ਸੋ ਇਧਰਲੇ ਪਾਸੇ ਮਤਲਬ ਤੂੰ ਤਾਂ ਟੀਮ ਦਾ ਜ਼ਿਆਦਾ ਆਰਸੀਬੀ ਹੈ ਕਿਦਾਂ ਦੀ ਹਾਜੀਪੁਰ ਦਾ ਸਾਬੀ ਮਹਾਨ ਖਿਡਾਰੀ ਲੈਦਰ ਦਾ ਹੋਰ ਭਾਜੀ ਕੀ ਹਾਲ ਚਾਲ ਲੈਦਰ ਦੇ ਮੈਚ ਕਿਦਾਂ ਚੱਲਦੇ ਪਏ ਜਾਂ ਬੰਦ ਹੋ ਗਏ ਖੇਡ ਹੁੰਦੇ ਹੁਣ ਤਾਂ ਤੈਨੂੰ ਪਤਾ ਹੀ ਹੈ ਹਾਂ ਇਹ ਦਿਨਾਂ ਚ ਟੂਰਨਾਮੈਂਟ ਸ਼ੁਰੂ ਹੋ ਗਿਆ ਕਿਉਂਕਿ ਹੁਣ ਮੌਸਮ ਵੀ ਠੀਕ ਹੈ ਨਾ ਤਾਂ ਕਰਕੇ ਲੈਦਰ ਦੇ ਮੈਚ ਚਲੋ ਬਹੁਤ ਫਰਕ ਪੈ ਗਿਆ ਹਾਂ ਕਲਾਸ ਲੈ ਗਈ ਬਾਹਰ ਠੀਕ ਹੈ ਜੀ ਹੋਰ ਹੋਰ ਹਾਂ ਇੱਥੋਂ ਪਤਾ ਲੱਗਦਾ ਵੀ ਗਰਾਊਂਡ ਚ ਖਲਾਰਾ ਨਹੀਂ ਪਾਉਣਾ ਆਪਾਂ ਹਾਂ ਗਵਿੰਦਾ ਉਸਤਾਦ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਜਵਾੜੇ ਵਾਲਾ ਭਾਰਤ ਬੁੱਲੋਵਾਲ ਦੇ ਖੇਡ ਮੇਲੇ ਦਾ ਇੱਕ ਐਂਡਰੋਇਡ ਫੋਨ ਦਾ ਜੇਤੂ ਲੈ ਵੀ ਭਰਤ ਭਾਜੀ ਕੀ ਹਾਲ ਚਾਲ ਅੱਜ ਕੀਤੇ ਹੋਏ ਆ ਮਾਨ ਢੱਟ ਪਿੰਡ ਦੇ ਮੁੰਡਿਆਂ ਨੇ ਤੇ ਕਿੱਦਾਂ ਦਾ ਲੱਗ ਰਿਹਾ ਜੇ ਵਿਕਟ ਦੀ ਗੱਲ ਕੀਤੀ ਜਾਵੇ ਗਰਾਊਂਡ ਦੀ ਗੱਲ ਕੀਤੀ ਜਾਵੇ ਗਰਾਊਂਡ ਛੋਟਾ ਗਰਾਊਂਡ ਵੱਡਾ ਹਾਂ ਥੋੜਾ ਵਿਕਟ ਵੱਡਾ ਇਹ ਤਾਂ ਆ ਹਾਂ ਲੈਦਰ ਖੇਡਦੇ ਆ ਮੁੰਡੇ ਲੈਦਰ ਵਾਲੀ ਵਿਕਟ ਰੱਖੀ ਹੋਈ ਆ ਨਾ ਤੇ ਮਹਾਰਾਜ ਜਿੱਤੀ ਖੜੀ ਹੋ ਰਾਈਟ ਆ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਭਰਾ ਜਿਹੜੇ ਪਹੁੰਚੇ ਹੋਏ ਆ ਇਹਦੇ ਖੇਡ ਮੇਲੇ ਤੇ ਇਧਰ ਰੌਕੀ ਭਾਜੀ ਰੂਪੋਵਾਲ ਪਿੰਡ ਵਾਲੇ ਭਾਜੀ ਕੀ ਹਾਲ ਚਾਲ ਆ ਜੀ ਜਿਹੜੇ ਭਰਾ ਮੇਲਾ ਕਰਵਾ ਰਹੇ ਆ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੇ ਪ੍ਰਬੰਧ ਕਿੱਦਾਂ ਦੇ ਆ ਪਹਿਲਾਂ ਤਾਂ ਇਹ ਦੱਸੀਏ ਪਲੇਅਰਾਂ ਦੇ ਲਈ ਪ੍ਰਬੰਧ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਕਿਉਂਕਿ ਪਹਿਲੇ ਸਾਲ ਦੇ ਵਿੱਚ ਮੇਲਾ ਕਰਵਾਇਆ ਨਾ ਇਹ ਰਾਹ ਤੇ ਬਾਕੀ ਗਲਤੀਆਂ ਬਹੁਤ ਹੋ ਜਾਂਦੀਆਂ ਆ ਬਾਕੀ ਮਾਫੀ ਚਾਹੁੰਦੇ ਨੈਕਸਟ ਟਾਈਮ ਅਸੀਂ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਬੈਸਟ ਕਰਨ ਦੀ ਤੇ ਜੇ ਗੱਲ ਕੀਤੀ ਜਾਵੇ ਐਨਆਰਆਈ ਵੀਰਾਂ ਦਾ ਸਹਿਯੋਗ ਨਗਰ ਨਿਵਾਸੀਆਂ ਦਾ ਸਹਿਯੋਗ ਆਪਣੇ ਅਮਨ ਭਾਜੀ ਹੁਣੀ ਆਸਟ੍ਰੇਲੀਆ ਤੋਂ ਉਹਨਾਂ ਨੇ ਫਸਟ ਸੈਕੰਡ ਪ੍ਰਾਈਜ਼ ਦਾ ਬਹੁਤ ਬਹੁਤ ਕਰਦੇ ਉਹਨਾਂ ਦਾ ਜੇ ਗੱਲ ਕੀਤੀ ਜਾਵੇ ਪਲੇਅਰਾਂ ਦੀ ਟੀਮਾਂ ਦੀ ਉਹ ਕਿੱਦਾਂ ਦੀਆਂ ਪਹੁੰਚੀਆਂ ਟੀਮਾਂ ਬਹੁਤ ਵਧੀਆ ਭਾਜੀ ਲਓ ਜੀ ਇਧਰਲੇ ਪਾਸੇ ਦੁਨੀਆ ਦੇ ਮਹਾਨ ਖਿਡਾਰੀ ਇੱਕੋ ਫਰੇਮ ਦੇ ਵਿੱਚ ਇੱਕ ਪਾਸੇ ਮਾਝੇ ਦਾ ਮਝੈਲ ਸ਼ਾਦੀਪੁਰ ਪਿੰਡ ਦਾ ਅੰਕੂ ਦੂਜੇ ਪਾਸੇ ਹੁਸ਼ਿਆਰਪੁਰ ਦਾ ਟੌਪ ਦਾ ਬਾਲਰ ਅੰਡਰ ਦੀ ਏਜ ਦਾ ਖਿਡਾਰੀ ਸ਼ੇਰਪੁਰ ਗਲੈਂਡ ਦਾ ਸਿਮਰਨ ਹੋਰ ਭਾਅ ਜੀ ਕੀ ਹਾਲ ਚਾਲ ਦਾ ਸਿਮਰਨ ਭਾਅ ਜੀ ਤੇ ਕਿਹੜੀ ਟੀਮ ਦੇ ਵਿੱਚੋਂ ਖੇਡ ਰਹੇ ਅੱਜ ਠੀਕ ਆ ਤੇ ਨਾਲ ਕੌਣ ਖੇਡ ਰਿਹਾ ਅੱਜ ਹਾਂ ਇਧਰਲੇ ਪਾਸੇ ਮਾਲਵੇ ਵਾਲਾ ਵੀ ਆਇਆ ਹੋਇਆ ਅੱਜ ਤੇ ਲੁਧਿਆਣੇ ਵਾਲਾ ਭਾਲੂ ਸੋ ਕਰਵਾਉਂਦੇ ਹਾਂ ਗੱਲਬਾਤ ਜ਼ਰੂਰ ਸੋ ਅੱਜ ਦੇ ਖੇਡ ਮੇਲੇ ਦੀ ਗੱਲ ਕੀਤੀ ਜਾਵੇ ਕੱਲ੍ਹ ਥੋੜ੍ਹਾ ਹਨੇਰਾ ਹੋਇਆ ਇਸ ਕਰਕੇ ਮੈਚ ਲੇਟ ਹੋਇਆ ਕਿਉਂਕਿ 24 ਟੀਮਾਂ ਸੀਗੀਆਂ ਹਾਂ ਤੇ ਜੇ ਅੱਜ ਹੋਣ ਵੀ ਆਸਾਂ ਮੁੰਡਿਆਂ ਦਾ ਠੀਕ ਆ ਤੇ ਹੋਰ ਘਰ ਪਰਿਵਾਰ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮਾਝੇ ਦਾ ਮਝੈਲ ਸ਼ਾਦੀਪੁਰ ਪਿੰਡ ਦਾ ਅੰਕੂ ਅੰਕੂ ਭਾਅ ਜੀ ਕੀ ਹਾਲ ਚਾਲ ਆ ਤੇ ਅੰਕੂ ਭਾਅ ਜੀ ਹੋਣ ਸ਼ਾਨੂ ਭਾਅ ਜੀ ਨਾ ਆਉਣ ਇਦਾਂ ਕਦੀ ਹੋ ਨਹੀਂ ਸਕਦਾ ਲਓ ਮੇਰੇ ਵੀਰਿਓ ਮਾਰ ਦਿਓ ਤਾੜੀਆਂ ਹਾਂ ਸ਼ਾਨੂ ਭਾਜੀ ਫਤਿਹਪੁਰ ਵਾਲੇ ਸਾਡੇ ਦਰਮਿਆਨ ਪਹੁੰਚੇ ਹੋਏ ਆ ਭਾਜੀ ਕੀ ਹਾਲ ਚਾਲ ਆ ਜੀ ਥੋੜੇ ਲੇਟ ਹੋਏ ਅੱਜ ਹਾਂ ਸੋ ਐਤਵਾਰ ਦੀ ਛੁੱਟੀ ਵੀ ਹੈ ਨਾ ਤਾਂ ਕਰਕੇ ਚੈਨਲ ਵਧੀਆ ਭਾਜੀ ਬਾਬੇ ਦੀ ਕਿਰਪਾ ਨਾਲ ਹੋਰ ਹੋਰ ਭਾਜੀ ਹਾਂ ਥੋੜਾ ਧਿਆਨ ਦੇਣਾ ਪੈਣਾ ਹੁਣ ਉਹ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋਰ ਅੰਕੂ ਭਾਜੀ ਕਿਵੇਂ ਚੱਲਦੇ ਆ ਅੱਜ ਕੱਲ ਦਾ ਸ਼ਡਿਊਲ ਜੇ ਗੱਲ ਕੀਤੀ ਜਾਵੇ ਜੇ ਗੱਲ ਕੀਤੀ ਜਾਵੇ ਤੇ ਗੱਟੂ ਹੋਣੀ ਪਹਿਲਾਂ ਹੀ ਸਵੇਰ ਤੋਂ ਵਿਹਲੇ ਹੋ ਕੇ ਬੈਠੇ ਹੋਏ ਆ ਬੈਡ ਲੱਕ ਹਾਂ ਵਧੀਆ ਖੇਲੇ ਰਾਣਾ ਉਹਨੇ ਵਧੀਆ ਮਾਰੇ 2 ਓਵਰ 44 ਦੇ ਕਰੀਬ ਚਾਹੀਦੇ ਸੀ ਹਨਾ ਤੇ ਅੱਜ ਕਿੱਦਾਂ ਦਿੱਤਾ ਜਾਊਗਾ ਮੌਕਾ ਸ਼ਾਨੂ ਭਾਈ ਨੂੰ ਬੌਲ ਕਰਨ ਦਾ ਦੇਖਦੇ ਆ ਨਾ ਜੀ ਮਿਡਨ ਓਵਰ ਦੀ ਸੰਭਾਵਨਾ ਹੈ ਹਾਂ ਤੇ ਸ਼ਾਨੂ ਭਾਈ ਹਾਂ ਲਾਸਟ ਰਨ ਰਹਿ ਗਏ ਨਾ 50 ਫੇਰ ਦਿੰਦੇ ਹੋਰ ਫੇਰ ਵੀ ਸਮਝਾਣਗੇ ਤੇ ਭਾਜੀ ਨਹੀਂ ਇੱਥੇ ਕਰਨਾ
ਪਰ ਨਹੀਂ ਸ਼ਾਨੂ ਭਾਜੀ ਵਧੀਆ ਆਣਾ ਬਾਲ ਵਧੀਆ ਕਰਦਾ ਤੁਹਾਡੇ ਮੈਚ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਦੇਖੀਦਾ ਹਾਂ ਮੰਨ ਲਓ 6 ਦੇ ਰਹਿ ਗਏ 6 ਜੀ 26 ਆ ਜਾਓ ਫਿਰ ਠੀਕ ਆ ਸੋ ਇਧਰਲੇ ਪਾਸੇ ਹਾਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ ਆ ਜੀ ਭਾਜੀ ਦੇ ਲੱਗੀ ਗੋਡੇ ਦੇ ਘੱਟ ਮਾਲ ਪਾਉਂਦੇ ਆ ਜੀ ਹਾਂ ਸੋ ਮੈਂ ਸਾਰੇ ਮੇਰੇ ਜਿੰਨੇ ਵੀ ਭਰਾ ਨੇ ਜਿਹੜੇ ਅਰਮਾਨ ਵੀਰ ਨੂੰ ਪਿਆਰ ਕਰਦੇ ਆ ਇਕੱਲੀ ਵੀਡੀਓ ਨਾ ਵੇਖਿਆ ਕਰੋ ਥੋੜੀ ਸਪੋਰਟ ਕਰਿਆ ਕਰੋ ਬਾਈ ਦਾ ਚੈਨਲ ਲਾਈਕ ਸਬਸਕ੍ਰਾਈਬ ਕਰਦੇ ਕਰੋ ਹੋ ਸਕੇ ਤਾਂ ਸ਼ੇਅਰ ਵੀ ਕਰਦੇ ਕਰੋ ਬਹੁਤ ਮਿਹਨਤ ਕਰਦਾ ਬਾਈ ਹਾਂ ਸੌਖਾ ਨਹੀਂ ਹੁੰਦਾ ਇਕੱਲੇ ਇਕੱਲੇ ਬੰਦੇ ਕੋਲ ਜਾ ਕੇ ਉਹਦਾ ਇੰਟਰਵਿਊ ਕਰਨਾ ਉਹਦੇ ਨਾਲ ਹੱਸ ਮੁੱਕ ਗੱਲਾਂ ਕਰਨੀਆਂ ਇਸ ਕਰਕੇ ਸਪੋਰਟ ਜ਼ਰੂਰ ਕਰਿਆ ਕਰੋ ਮੇਰਾ ਭਰਾ ਹਾਂ ਜ਼ਰੂਰ ਬਲੌਗ ਦੇਖਿਆ ਕਰੋ ਹੈ ਨਾ ਅਤੇ ਵਾਚ ਟਾਈਮ ਕਰ ਦਿਓ ਜੀ ਜਲਦੀ ਜਲਦੀ ਕਲੀਅਰ लुधियाने जिले का खिडारी भालू लुधियाना भालू भाजी की हाल चाल है पहला तो यह दसीए भी दर्शकों की जितते हो अज तक हां ठीक आ ते कह सकते भी इधरले एरिए बहुत घट वेखण नूं मिलदा भालू लुधियाने वाला की चक्कर बस भाई इधर लवली भाई करके आ गए हां इत्थे एलसीडी जित्या सी मैं ठीक आ इधरले पासे ते तां थोड़ा ना उधर थोड़ा हो गया भाई हां हुण जे गल कीती जावे थोड़ा टाइम होया हैना भई इधरले एरिए च आए नूं सो बाकी चलो चलदा रहंदा ना सारे पासे खेडणा भी पैंदा आ हां ते अज ऊने भी चलदा पिया टूर्नामेंट जे मौसम दी गल कीती जावे मौसम किदां दा मौसम तो भाई थोड़े सामने ही है तो धुप्पा पूरी अज मतलब थोड़ा जहा गर्मी घट गई है हाँ मौसम चेंज हो रहे हैं इस करके सो इधरले पासे तुम देख सकते हो लुधियाने वाला भालू जिथे जिथे लुधियाने वाला भालू खेडूगा कीवी नाल नाल ते हाँ कन्नू धर्मकोट भी जो भी मिलता कन्नू भी कीवी दे विच ही मिलता हाँ सो इधरले पासे हाँ भाई मुबारकबाद भी है शोरूम भी जो ओपन किया हुशियारपुर के पहुंचा नहीं गया इस करके भाई थोड़े जो दास ने आज पहुंचा गए उन्होंने कोले ठीक है सो इधरले पासे लुधियाने वाला भालू लो जी इधरले पासे तुम देख सकते हो लैदर का एक चोटी का बॉलर सप भाजी मकेरिया भाजी की हाल चाल है भाजी कै हो जे गल की जाए कि खेड मेला जा रहे हैं इधरले पासे तुम देख सकते हो सप भाजी मकेरी वाले थोड़ा जा संग रहे हैं तो इधर राघव भाजी गढ़ी वाले भाजी की हाल चाल टीम जी लॉस कर गई है बैठे हुए कि नजारा लग रहा खादा पीता कुछ ठीक है इधरले पासे भरा हुण पहुंचे हुए हैं साडे दरमियान लाओ जी इधरले पासे रमदासपुर की टीम के खिडारी कैप्टन साहब अभी भाजी भाजी की हाल चाल होर कि चल रहा है खेड मेला खेड मेला वधिया चल रहा है पहले मैच की जो गल की दो ओवर 44 रन चाहिए बिलकुल भाजी बस अपनी एक गेंद गलत लग गई हां ये हो गया केड़ी माड़े लग गए अपने केड़े ओवर दा टर्निंग पॉइंट मानदे हां भी इथों गेम एक भी छक्का घट लगदा ता हां सेम सी चाहे मेरे ते रह लो मेरी ओ नौ बॉल भी टर्निंग पॉइंट हो सकदा हां ना जेड़ा 6 आ गया हां 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 क्योंकि जो नौ बॉल दे नाल छक्का वजदा एक्स्ट्रा 7 रन हो जांदा 7 रन बस उसे कह लो उसे एक गेंद ते आ गए वा दो छक्का एक छक्का उतों पहला लगा ही उतों ओवर देख के लगना है ठीक है मनमोहन भाजी मास्टर जी अज पहुंचे साडे दरमियान भाजी की हाल चाल कैम अज छुट्टी हैगी थोड़े दिन पहला रमदासपुर भी टूरनामेंट बड़ा वधिया करवाया ना अज रूपोवाल रौनक लगी हुई है गुआंढ पिंड मैं लगता भी सड़क का बाद ठीक है पासे
ਰਮਦਾਸਪੁਰ ਦੀ ਟੀਮ ਦੇ ਖਿਡਾਰੀ ਜਿਹੜੇ ਬੈਠੇ ਹੋਏ ਮੈਚਾਂ ਦਾ ਨਜ਼ਾਰਾ ਲੈ ਰਹੇ ਆ। ਹੋਰ ਭਾਜੀ ਕਿੱਦਾਂ ਫਿੱਟ ਹੋ? ਹਾਂਜੀ ਬਹੁਤ ਵਧੀਆ ਜੀ। ਨਜ਼ਾਰੇ ਵੱਜੇ ਹੋਏ ਆ ਕੱਪ ਦੇ? ਬੜਾ ਕੱਪ ਖਰਾ ਰਿਹਾ। ਹਾਂ ਜੇ ਰਮਦਾਸਪੁਰ ਦੀ ਟੀਮ ਜਿੱਤਦੀ ਫਿਰ ਹੋਰ ਵਧੀਆ ਲੱਗਣਾ ਸੀ। ਚਲੋ ਲੱਗ ਜਾਂਦਾ ਭਾਜੀ ਹੋ ਜਾਂਦਾ, ਕਿਉਂਕਿ ਫਿਰ ਇਦਾਂ ਹੁੰਦਾ ਹੈ ਨਾ ਮਾਹੌਲ ਵੀ ਬਣ ਜਾਂਦਾ ਟੂਰਨਾਮੈਂਟ ਦਾ। ਗਵਾਂਢੀ ਪਿੰਡ ਜਦੋਂ ਖੇਡਦੇ ਵੀ ਆ ਟੀਮਾਂ ਨੂੰ ਸਪੋਰਟ ਕਰਨ ਦੇ ਲਈ ਵੀ ਪਿੰਡ ਵਾਲੇ ਵੀ ਪਹੁੰਚਦੇ ਆ। ਚਲੋ ਕੋਈ ਚੱਕਰ ਨੀ, ਬਾਕੀ ਜੇ ਦੋ ਮਲ ਭਿੜਦੇ ਇੱਕ ਨੇ ਢਹਿਣਾ ਹੀ ਆ। ਹਾਂਜੀ ਹਾਂਜੀ, ਰੂਪੋਵਾਲ ਦੀ ਟੀਮ ਜਿੱਤੇ। ਸ਼ੁਰੂ ਤੋਂ ਪਹਿਲਾਂ ਵੀ ਭਾਰੀ ਹੁਣੀ ਵੀ ਖੇਡੇ, ਲੈਦਰ ਵੀ ਇਕੱਠੀ ਖੇਡੀ ਹੈ ਨਾ। ਸੋ ਇਧਰਲੇ ਪਾਸੇ ਭਾਰੀ ਹੁਣੀ ਰਮਦਾਸਪੁਰ ਵਾਲੇ ਪਹੁੰਚੇ ਹੋਏ ਸਾਡੇ ਦਰਮਿਆਨ ਕਰਦੇ। ਇਧਰਲੇ ਪਾਸੇ ਅੱਜ ਦੇ ਖੇਡ ਮੇਲੇ ਦੇ ਉੱਪਰ ਧਾਰੀ ਮੰਗੀ ਹੋਈ, ਚੈਨ ਪਾਈ ਹੋਈ ਆ ਭਾਜੀ ਹੁਣੀ। ਨਹੀਂ ਨਹੀਂ ਏਦਾਂ ਵੀ ਕਹੋ ਨਾ, ਧਾਰੀਆਂ ਮੰਗੀਆਂ ਹੋਈਆਂ ਚੈਨਾਂ ਪਾ ਕੇ ਘੁੰਮਦਾ ਗੱਭਰੂ ਗੋਵਿੰਦਾ ਭਾਜੀ ਬਜਵਾੜਾ। ਹਾਂ ਸੋ ਕੋਈ ਨੀ ਭੇਜ ਦੇਣਾ ਭਾਜੀ। ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮਨਦੀਪ ਢੱਟ ਭਾਜੀ ਸਾਡੇ ਦਰਮਿਆਨ ਪਹੁੰਚੇ ਹੋਏ ਆ। ਰੂਲ ਇਹਨੇ ਰੂਲ ਪੁੱਛ। ਹਾਂ ਭਾਜੀ ਕੀ ਵੱਖਰੇ ਜਿਹੜੇ ਰੂਲ? 47 ਨੇ ਨਹੀਂ 22 ਨੇ ਮੈਨੂੰ ਪੁੱਛ। ਹਾਂ 22 ਨੇ ਨੇੜੇ ਆ ਦੱਸਾਂਗੇ ਸਾਰਾ ਟਾਈਮ ਜਦੋਂ ਪਾਵਾਂਗੇ ਨਾ। ਹਾਂ ਉਦੋਂ ਦੱਸਾਂਗੇ ਇਹਨਾਂ ਦੇ ਟੂਰਨਾਮੈਂਟ ਦੀ ਸਭ ਤੋਂ ਪਹਿਲੀ ਸ਼ਰਤ ਇਹ ਆ ਠੀਕ ਆ ਕਿ ਜਿਹੜਾ ਵੀ ਬੰਦਾ ਉੱਥੇ ਟੱਟ ਪਿੰਡ 'ਚ ਆਊਗਾ ਉਹ ਜੇ ਫਾਈਨਲ ਡੇ ਤੋਂ ਬਾਅਦ ਕਮੈਂਟ ਨਾ ਕੀਤਾ ਉਹਨੇ ਵੀ ਉਹ ਟੂਰਨਾਮੈਂਟ ਦੀ ਪੋਸਟ ਨਹੀਂ ਹੁੰਦੀ। ਕਿੱਦਾਂ ਲੱਗਾ ਇਹ? ਪਹਿਲੀ ਸ਼ਰਤ ਆ ਕਮੈਂਟ ਕਰਨਾ ਉੱਤੇ। ਹਾਂ ਪੋਸਟ ਨਹੀਂ ਪਾਉਣੀ ਹੈਗੀ ਜੀ। ਦੱਸਣਾ ਵੀ ਟੱਟ ਸਾਹਿਬ ਕਿਵੇਂ ਸਮਝਾਉਣਾ ਆ ਪੁੱਛੂੰਗਾ ਮੈਂ ਘਰ ਜਾ ਜਾਗੇ। ਹਾਂ ਪਰ ਇਹ ਗੱਲ ਪੱਕੀ ਆ ਕਿ ਜਿੱਦਾਂ ਕਹਿ ਲਓਗੇ ਆਪਣਾ ਜੇ ਅੰਪਾਇਰ ਲੈ ਕੇ ਬਹੁਤ ਸਖਤ ਟੂਰਨਾਮੈਂਟ ਹੋਊਗਾ ਜੇ ਅੰਪਾਇਰ ਨੂੰ ਕੋਈ ਉਨੀ ਬਾਹਰ ਲੈ ਅੰਪਾਇਰ ਪੰਜ ਦਿਨ ਪੰਜ ਜੋ ਅੰਪਾਇਰ ਨੂੰ ਹੋਊਗਾ ਸਾਰੇ ਦਿਨ ਬਾਹਰ ਲਾ ਅੰਪਾਇਰ ਲੱਗਾ। ਅੰਪਾਇਰ ਨੇ ਪੈਸੇ ਕਿੰਨੇ ਲਾਏ ਭਾਜੀ? ਅੰਪਾਇਰ ਆਪਣਾ ਹਜੇ ਕੋਈ ਹਿਸਾਬ ਤਾਂ ਨਹੀਂ ਕਰਨਾ। ਹਾਂ ਡੇ ਕਰਾਂਗੇ ਅੰਪਾਇਰ ਨਿਊਜ਼ੀਲੈਂਡ ਦੇ ਹਨੀ ਵਾਲਾ ਸਪਾਂਸਰ ਆ। ਹਾਂ ਸੋ ਕਿਹਨਾਂ ਵੱਲੋਂ ਅੰਪਾਇਰਿੰਗ ਕੀਤੀ ਜਾਣੀ ਆ? ਚਲੋ ਕੋਈ ਚੱਕਰ ਨੀ, ਹੋ ਜਾਂਦਾ ਨਾ ਵੱਡਿਆਂ ਵੱਡਿਆਂ ਮੈਚਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਹਾਂ ਸੋ ਇਧਰਲੇ ਪਾਸੇ 13-16 ਤਰੀਕ ਢੱਟ ਪਿੰਡ ਦੇ ਖੇਡ ਮੇਲੇ ਦੀ ਹੋਣੀ ਆ। ਜਿਹੜੇ ਭਰਾ ਬਲੌਗ ਦੇਖ ਰਹੇ ਆ ਸੋ ਜ਼ਰੂਰ ਪਹੁੰਚਿਓ, ਫਾਈਨਲ ਡੇ ਰੌਣਕ ਨੂੰ ਵਧਾਇਓ। ਹਾਂ ਨਹੀਂ ਲੰਗਰ ਦੇ ਪ੍ਰਬੰਧ ਵੱਡੇ ਆ, ਹਾਂ ਲਿਫਾਫਿਆਂ ਦਾ ਕਹਿ ਸਕਦੇ ਹਾਂ ਨਾ। ਸੋ ਹਾਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ। ਹਾਂ ਸੋ ਇਧਰਲੇ ਪਾਸੇ ਕੋਚਿੰਗ ਦਿੱਤੀ ਜਾ ਰਹੀ ਹੈ ਕਾਕਾ ਭਾਈ ਸ਼ਿਵਪੁਰੀ ਜੀ ਸਾਡੇ ਦਰਮਿਆਨ ਪਹੁੰਚੇ ਹੈ। ਭਾਜੀ ਕੀ ਹਾਲ ਚਾਲ ਆ? ਹਾਂ ਕੋਚਿੰਗ ਦਿੱਤੀ ਜਾ ਰਹੀ ਹੈ ਵਿਜੇ ਭਾਈ ਨੂੰ। ਭਾਜੀ ਪੁੱਛ ਰਹੇ ਸੀ ਉਹਨਾਂ ਨੂੰ ਦੱਸ ਰਿਹਾ ਸੀ। ਹਾਂ ਅੱਜ ਪੁੱਛਣਾ ਬਣਦਾ ਵੀ ਆ ਭਾਜੀ। ਬਿਲਕੁਲ ਬਿਲਕੁਲ ਬਣਦਾ। ਹਾਂ ਅੱਜ ਬੋਲਿੰਗ ਸਾਡੀ ਬਹੁਤ ਮਾੜੀ ਹੋਈ ਆ, ਇਸ ਕਰਕੇ ਮੈਚ ਵੀ ਹਰੇ ਆ। ਜੇ ਗੱਲ ਕੀਤੀ ਜਾਵੇ ਕਿੰਦਾ ਕਾਕੇ ਭਾਈ ਨੇ ਕੋਈ ਦੱਸਿਆ ਲੱਗਾ ਪਤਾ? ਕਾਕਾ ਭਾਈ ਇੱਕ ਬਹੁਤ ਬੈਸਟ ਬੋਲਰ ਹੈਗੇ ਜਿਹੜੇ ਕਿ ਚੰਗੇ ਚੰਗੇ ਪਲੇਅਰ ਨੂੰ ਬੋਲ ਕਰਦੇ ਹੈਗੇ ਆ ਤੇ ਵਧੀਆ ਟ੍ਰੇਨਿੰਗ ਦਿੰਦੇ ਆ। ਹਾਂਜੀ ਹਾਂਜੀ ਅਸੀਂ ਕਰਾਂਗੇ ਇੱਕ ਕੋਚਾਂ ਕੋਲ ਸਿੱਖਣ ਦੇ ਵੀ ਤੇ ਭਾਜੀ ਹੁਣੀ ਕਹਿ ਰਹੇ ਕਿ ਮੈਂ ਅਕੈਡਮੀ ਖੋਲਣੀ ਆ। ਹਾਂਜੀ ਹਾਂਜੀ ਕੋਚਿੰਗ ਕਰਾਂਗੇ ਜੈਸੀ ਨਹੀਂ ਤਾਂ ਗਾਂ ਸਾਡੇ ਬੱਚੇ ਜਿਹੜੇ। ਹਾਂ ਜ਼ਰੂਰ ਜਾਣਾ ਨਾ ਲੈਣਗੇ। ਹਾਂ ਸੋ ਇੱਧਰ ਵਿਜੇ ਭਾਈ ਰਮਦਾਸਪੁਰ ਵਾਲੇ ਜੁੜੇ ਆ ਸਾਡੇ ਦਰਮਿਆਨ। ਲਓ ਜੀ ਇੱਧਰਲੇ ਪਾਸੇ ਅੱਜ ਦੇ ਖੇਡ ਮੇਲੇ ਦੇ ਉੱਪਰ ਬੜੇ ਸ਼ਾਨਦਾਰ ਜਿਹੜੇ ਕੱਪ ਤਿਆਰ ਕੀਤੇ ਗਏ ਆ ਫੋਰ ਯੂ ਸਪੋਰਟਸ ਹਰਿਆਣੇ ਵਾਲੇ ਭਰਾਵਾਂ ਵੱਲੋਂ ਜਿਹੜੇ ਅੱਜ ਦੇ ਖੇਡ ਮੇਲੇ ਉੱਪਰ ਕੱਪ ਤਿਆਰ ਕੀਤੇ ਗਏ ਆ। ਇਧਰਲੇ ਪਾਸੇ ਅਮਨ ਭਾਜੀ ਆਸਟ੍ਰੇਲੀਆ ਵਾਲੇ ਭਾਜੀ ਕੀ ਹਾਲ ਚਾਲ ਆ? ਜਿਹੜੇ ਭਰਾ ਵੱਲੋਂ ਪਹਿਲਾਂ ਅਤੇ ਦੂਜਾ ਪ੍ਰਾਈਜ਼ ਸਪੋਂਸਰ ਕੀਤਾ ਗਿਆ ਭਾਜੀ ਕਿੱਦਾਂ ਦਾ ਲੱਗ ਰਿਹਾ ਪਹਿਲੇ ਸਾਲ ਦੇ ਵਿੱਚ ਖੇਡ ਮੇਲਾ ਕਰਵਾ ਕੇ? ਹਾਂ ਅਤੇ ਗਰਾਊਂਡ ਵੀ ਜਿਹੜੀ ਤਿਆਰ ਕੀਤੀ ਹੈ ਨਾ? ਤੇ ਜਦੋਂ ਪਿੰਡ ਦੇ ਵਿੱਚ ਖੁਸ਼ੀ ਹੁੰਦੀ ਆ ਵੀ ਜਦੋਂ ਪਿੰਡ ਦੇ ਮੁੰਡੇ ਖੇਡਦੇ ਆ। ਹਾਂ ਤੇ ਕਿੰਨੇ ਟਾਈਮ ਬਾਅਦ ਇੰਡੀਆ ਆਏ ਆ? ਅੱਛਾ ਠੀਕ ਆ ਜੀ, ਠੀਕ ਆ ਠੀਕ ਆ। ਸੋ ਇਧਰਲੇ ਪਾਸੇ ਸਿਮਰ ਭਾਜੀ, ਭਾਜੀ ਕੀ ਹਾਲ ਚਾਲ ਆ? ਅੱਜ ਕੰਮ ਕਾਰ ਛੱਡ ਕੇ ਪਹੁੰਚੇ ਹੋਏ ਆ। ਹਾਂ
ਕਿਉਂਕਿ ਸਪੋਰਟ ਵੀ ਰਹਿੰਦੀ ਆ ਮੁੰਡਿਆਂ ਨੂੰ ਹਨਾ ਹਾਂਜੀ ਹਾਂਜੀ ਬਾਈ ਬਹੁਤ ਵਧੀਆ ਮਿਹਨਤ ਕੀਤੀ ਪਹਿਲੀ ਵਾਰ ਚਲੋ ਜੀ ਬਾਕੀ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਯਾਰ ਜੇ ਵੀਰ ਕਰਨ ਹਾਂਜੀ ਹਾਂਜੀ ਬਹੁਤ ਵਧੀਆ ਹਨਾ ਬਹੁਤ ਵਧੀਆ ਬਾਈ ਕਿਉਂਕਿ ਆਪਣੇ ਪਿੰਡਾਂ ਨੂੰ ਮਾਰ ਵੀ ਇਹੀ ਪੈਂਦੀ ਵੀ ਗਰਾਊਂਡਾਂ ਜਿਹੜੀਆਂ ਹੈ ਨਹੀਂ ਹਨਾ ਨਹੀਂ ਅੱਜ ਦੇਖੋ ਮੁੰਡਿਆਂ ਨਾਲ ਕੀਤੀ ਇਹ ਗੱਲ ਸਾਡੇ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗੇ ਆਪਾਂ ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚ ਮੁੰਡਿਆਂ ਨੂੰ ਗਰਾਊਂਡ ਦਿੱਤੀ ਜਾਵੇ ਹਾਂਜੀ ਹਾਂਜੀ ਗਰਾਊਂਡ ਹੋਊਗੀ ਤਾਂ ਮੁੰਡੇ ਪਲੇਅਰ ਵਧੀਆ ਹਾਂ ਕਿਉਂਕਿ ਗਰਾਊਂਡ ਹੋਊਗੀ ਨਾ ਪਗਾਨੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਚਿਰ ਬੰਦਾ ਖੇਡ ਹਾਂਜੀ ਹਾਂਜੀ ਆਪਣੇ ਪਿੰਡ ਗਰਾਊਂਡ ਹੋਊਗਾ ਤਾਂ ਬਹੁਤ ਵਧੀਆ ਹਾਂਜੀ ਹਾਂਜੀ ਫੇਰ ਹੀ ਪਲੇਅਰ ਤਿਆਰ ਹੁੰਦੇ ਹਨਾ ਸੋ ਇੱਧਰ ਭਾਰੀ ਹੋਣੀ ਸਾਡੇ ਦਰਮਿਆਨ ਪਹੁੰਚੇ ਹੋਏ ਆ ਮੈਚਾਂ ਦਾ ਨਜ਼ਾਰਾ ਲੈ ਰਹੇ ਹਾਂ ਲਓ ਜੀ ਇੱਧਰਲੇ ਪਾਸੇ ਸਾਡੇ ਆਏ ਦੇ ਮੁੱਖ ਮਹਿਮਾਨ ਦੋਨਾਂ ਟੀਮਾਂ ਦੇ ਨਾਲ ਜਿਹੜੀ ਜਾਣ ਪਹਿਚਾਣ ਕਰ ਰਹੇ ਆ ਫਾਈਨਲ ਦੀਆਂ ਦੋਨਾਂ ਟੀਮਾਂ ਹਾਂ ਸੋ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੇਰਪੁਰ ਗਲਿਣ ਦੇ ਮੁੰਡੇ ਹਰਜੀ ਭਾਜੀ ਅੱਜ ਬਹੁਤ ਤਕੜਾ ਖੇਡਿਆ ਲਓ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੇਰਪੁਰ ਗਲਿਣ ਦੀ ਧਰਤੀ ਦਾ ਸਿਮਰਨ ਤੇ ਕਹਿ ਸਕਦੇ ਵੀ ਜ਼ਿਲ੍ਹੇ ਹੁਸ਼ਿਆਰਪੁਰ ਦਾ ਇੱਕ ਮਹਾਨ ਬਾਲਰ ਬਣ ਬੈਠਾ ਮੁੰਡਾ ਲੈ ਵੀ ਸਿਮਰਨ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਭਾਜੀ ਕੀ ਹਾਲ ਚਾਲ ਵਧੀਆ ਜੀ ਅੱਜ ਪਿੰਡ ਦੇ ਵਿਰੁੱਧ ਬਾਲਾਂ ਪਾਉਣ ਲਈ ਵਧੇ ਹੋਏ ਆ ਪਿੰਡ ਦਾ ਭੇਤੀ ਲੰਕਾ ਢਾਏ ਕਹਿੰਦੇ ਘਰ ਦਾ ਭੇਤੀ ਲੰਕਾ ਢਾਏ ਹਾਂ ਕੀ ਰਣਨੀਤੀ ਬਣਾ ਕੇ ਉਤਰੇ ਇਹ ਤਾਂ ਪਿੰਡ ਵਾਲੇ ਮੂਹਰੇ ਖੜੇ ਗਏ ਹਰਜੀ ਭਾਜੀ ਖੜਾ ਰਿਹਾ ਮੈਂ ਆਊਟ ਕਰ ਲੈਣਾ ਹਰਜੀ ਭਾਈ ਹਾਂ ਜੇ ਅਮਿਤ ਭਾਈ ਖੜ ਗਿਆ ਫੇਰ ਇਹਨਾਂ ਨੇ ਪਿੱਛੋਂ ਰਨ ਖਾਣੇ ਹਾਂ ਹਰਜੀ ਭਾਈ ਆਊਟ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਰਨ ਮਾਰ ਰਿਹਾ ਹੋਏ ਟਾਈਮ ਅੱਜ ਦੇ ਖੇਡ ਮੇਲੇ ਦੇ ਉੱਪਰ ਚੱਲ ਰਿਹਾ ਪੂਰੀ ਫਾਰਮ ਦੇ ਵਿੱਚ ਜਾ ਰਿਹਾ ਕੌਣ ਹਰਜੀ ਭਾਜੀ ਵੀ ਨਹੀਂ ਮੋਰੇ ਤਾਂ ਆਵੇ ਤੇ ਕੀ ਰਣਨੀਤੀ ਬਣਾਉਂਗੇ ਕੀ ਵੇਰੀਏਸ਼ਨ ਕਰੋਗੇ ਹੁਣ ਵੇਰੀਏਸ਼ਨ ਦੇਖੋ ਜੀ ਪੰਜ ਬੋਲਾ ਦਮ ਨਹੀਂ ਪਾਉਣੀਆਂ ਪੈਣੀਆਂ ਹਾਂ ਸੋ ਕਰੀਏ ਆਪਾਂ ਸ਼ੁਰੂਆਤ ਹੈ ਨਾ ਸੋਹਣੇ ਆਓ ਕਰੋ ਜੀ ਸ਼ੁਰੂਆਤ ਲਓ ਜੀ ਇਧਰਲੇ ਪਾਸੇ ਆਪਣੇ ਹਰਜੀ ਭਾਜੀ ਸ਼ੇਰਪੁਰ ਕਲੈਂਡ ਵਾਲੇ ਭਾਜੀ ਕੀ ਹਾਲ ਚਾਲ ਆ ਹੁਣ ਘਰ ਦਾ ਭੇਂਤੀ ਲਾਂਗਾ ਟਾਈ ਉਹ ਵਾਲੀ ਗੱਲ ਹੈ ਨਾ ਹਰਜੀ ਬਹੁਤ ਖਲਤ ਛਿੱਕੇ ਖਾ ਗਿਆ ਹਾਂ ਮੈਂ ਪਹਿਲਾਂ ਹੀ ਦੱਸਿਆ ਵੀ ਘਰ ਦਾ ਭੇਂਤੀ ਲਾਂਗਾ ਟਾਈ ਉਹ ਗੱਲ ਸੱਚ ਹੋਈ ਕਿ ਨਹੀਂ ਹੋਈ ਦੱਸ ਜੇ ਹਰਜੀ ਬਾਰੇ ਕਹਿਣਾ ਚਾਹੋਗੇ ਕੀ ਸ਼ਬਦ ਬੋਲੋਗੇ ਹਰਜੀ ਦੇ ਲਈ ਚਲੋ ਇੱਕ ਅੱਧਾ ਮੈਚ ਹੁਣ ਪਿੰਡ ਵਾਲਿਆਂ ਨੂੰ ਵੀ ਜ਼ੋਰ ਲਾਉਣਾ ਪੈਣਾ ਕਿਉਂ ਭਾਜੀ ਹਾਂ ਨਹੀਂ ਬਾਕੀ ਬੰਦੇ ਹਾਂ ਸੋ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਇਧਰਲੇ ਪਾਸੇ ਗਗਨ ਭਾਜੀ ਤੂੰ ਦੇ ਕਲਾ ਨਾਲ ਭਰਤ ਤੇ ਦੀਪੂ ਬਜਵਾਲਾ ਦੀਪੂ ਕਿਲਾ ਬਰੋਣ ਹਾਂ ਮੈਂ ਭਾਰਤ ਨੂੰ ਇਹ ਗੱਲ ਕਹੀ ਮੈਂ ਕਿਹਾ ਦੋਨੇ ਡੀਡੀਏ ਚ ਫਾਈਨਲ ਖੇਡਾਂ ਹਾਂ ਬਾਹਰ ਹੋਏ ਨਹੀਂ ਉਹਦਾ ਕੀ ਸੋਚਿਆ ਸੀ ਵੀ ਇੱਕ ਬਾਲ ਦੇ ਵਿੱਚ ਦੋ ਚਾਹੀਦੇ ਆ ਵੀ ਮੈਂ ਬੈਟਿੰਗ ਤੇ ਜਾਣਾ ਜੇ ਛੱਕਾ ਮਾਰਨ ਜਾਂਦਾ ਪਰ ਫਿਰ ਵੀ ਚੌਥੇ ਨੰਬਰ ਤੇ ਲਿਆ 3100 ਦੇ ਹੱਕਦਾਰ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦੁਨੀਆਂ ਦੇ ਮਹਾਨ ਖਿਡਾਰੀ ਓਕੇ ਜੀ ਇਧਰਲੇ ਪਾਸੇ ਲੁਧਿਆਣੇ ਵਾਲੇ ਭਾਲੂ ਦੇ ਫੈਨਸ ਫੋਟੋ ਕਰਾ ਰਹੇ ਆ ਜੋ ਤੁਸੀਂ ਦੇਖ ਸਕਦੇ ਹੋ ਹਾਂ ਵਧੀਆ ਵਧੀਆ ਚਿੱਟਾ ਜਿਹਾ ਕਰਦੀਆਂ ਨਾ ਸੋ ਹਾਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ ਅੱਜ ਬਹੁਤ ਤਕੜਾ ਖੇਡਿਆ ਲੁਧਿਆਣੇ ਵਾਲਾ ਭਾਲੂ ਲੈ ਵੀ ਕਿੱਦਾਂ ਦੀ ਖੇਡ ਲੱਗੀ ਲੁਧਿਆਣੇ ਵਾਲੇ ਭਾਲੂ ਦੀ ਅੱਜ ਕਰਤਾ ਫੋਲੋ ਫੇ ਹਾਂ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਰੂਪੋਵਾਲ ਦੇ ਮੁੰਡੇ ਦੇਖੋ
ਰੱਬ ਦੀ ਜੇ ਹੋਰ ਵੱਡੀ ਬਾਹ ਫੜ ਦਿੰਦਾ ਤੇ ਹਾਂ ਸੋ ਭਾਲੂ ਲੁਧਿਆਣਾ ਅੱਜ ਪਹੁੰਚਿਆ ਹੋਇਆ लो जी अज का रूपोवाल पिंड का खेड मेला जो समापत है पहले नंबर से रहने वाली टीम जी चक लादियाँ की रही है दूजे नंबर से टीम जी शेरपुर ग्लेंड की रही है तीजे तो चौथे नंबर से टीम जी टट तो नाल धूतकलों दीम जी रही अज का खेड मेला समापत आ ब्लॉग में वो शेयर कर दिया करो लाइक कर दिया करो चैनल में सबसक्राइब कर दिया करो सो मिलते हैं जी फिर एक नवे ब्लॉग के नाल तद तक लिए वाहेगुरू जी का खालसा श्री वाहेगुरू जी की फतेह।